ਮੋਬਾਈਲ ਦੇ ਵਿੱਚ ਕੁੜੀ ਨੇ ਮੁੰਡਿਆਂ ਦੇ ਨਾਲ ਮਿਲ ਕੇ ਇੱਕ ਫਾਈਨੈਂਸਰ ਨੂੰ ਕਿਡਨੈਪ ਕੀਤਾ ਸੀ, ਅਗਵਾ ਕੀਤਾ ਸੀ ਅਤੇ ਉਸ ਮਾਮਲੇ ਦੇ ਵਿੱਚ ਹੁਣ ਪੁਲਿਸ ਦੇ ਵੱਲੋਂ ਅਹਿਮ ਖੁਲਾਸੇ ਕੀਤੇ ਗਏ ਨੇ। ਦੱਸ ਦਈਏ ਕਿ ਇੱਕ ਕੁੜੀ ਨੇ ਆਪਣੇ ਦੋ ਸਾਥੀਆਂ ਦੇ ਨਾਲ ਮਿਲ ਕੇ ਇੱਕ ਪਲੈਨਿੰਗ ਬਣਾਈ ਸੀ। ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਅਹਿਮ ਖੁਲਾਸੇ ਕੀਤੇ ਗਏ ਨੇ ਅਤੇ ਕੁੜੀ ਸਮੇਤ ਉਸਦੇ ਦੋ ਸਾਥੀਆਂ ਨੂੰ ਕਾਬੂ ਕਰ ਲਿਆ, ਜਦਕਿ ਇੱਕ ਵਿਅਕਤੀ ਅਜੇ ਪੁਲਿਸ ਦੀ ਗ੍ਰਿਫਤ ਦੇ ਵਿੱਚੋਂ ਬਾਹਰ ਹੈ। ਤਾਂ ਦੱਸ ਦਈਏ ਕਿ ਬਠਿੰਡਾ ਤੋਂ ਇੱਕ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਇੱਕ 25 ਸਾਲ ਦੇ ਫਾਈਨੈਂਸਰ ਨੌਜਵਾਨ ਨੂੰ ਕਾਬੂ ਅਗਵਾ ਕੀਤਾ ਗਿਆ ਸੀ ਅਤੇ ਇਸ ਮਾਮਲੇ ਦੇ ਵਿੱਚ ਲਗਾਤਾਰ ਪੁਲਿਸ ਦੇ ਵੱਲੋਂ ਜਾਂਚ ਸ਼ੁਰੂ ਕੀਤੀ ਗਈ ਸੀ। ਪਹਿਲਾਂ 10 ਲੱਖ ਰੁਪਏ ਦੇ ਕੇ ਮੁੰਡੇ ਨੂੰ ਛੁਡਵਾਇਆ ਜਾਂਦਾ ਅਤੇ ਇਸ ਦੌਰਾਨ ਪੁਲਿਸ ਦੇ ਵੱਲੋਂ ਟਰੈਪ ਲਗਾਇਆ ਜਾਂਦਾ, ਜਾਲ ਵਿਛਾਇਆ ਜਾਂਦਾ ਅਤੇ ਫਿਰ ਕੁੜੀ ਸਮੇਤ ਉਸਦੇ ਦੋ ਸਾਥੀਆਂ ਨੂੰ ਕਾਬੂ ਕੀਤਾ ਜਾਂਦਾ। ਉੱਥੇ ਹੀ ਦੱਸ ਦਈਏ ਕਿ ਪੁਲਿਸ ਨੇ ਇਹਨਾਂ ਨੂੰ ਕਾਬੂ ਕਰ ਹਥਿਆਰਨੁਮਾ ਖਿਡੌਣੇ ਆ ਜਿਹੜੇ ਉਹ ਵੀ ਬਰਾਮਦ ਕਰ ਲਏ ਨੇ। ਉੱਥੇ ਹੀ ਜੋ ਪੈਸੇ ਇਹਨਾਂ ਨੂੰ ਦਿੱਤੇ ਗਏ ਸੀ ਪੁਲਿਸ ਦੇ ਵੱਲੋਂ ਉਹ ਵੀ ਬਰਾਮਦ ਕਰ ਲਏ ਗਿਆ। ਤਾਂ ਤਸਵੀਰਾਂ ਦੇਖ ਸਕਦੇ ਹੋ, ਇਹ ਕੁੜੀ ਤੁਹਾਨੂੰ ਨਜ਼ਰ ਆ ਰਹੀ ਹੋਏਗੀ। ਦੱਸ ਦਈਏ ਕਿ ਸਾਰੀ ਸਾਜਿਸ਼ ਇਸ ਦੇ ਵੱਲੋਂ ਬਣਾਈ ਗਈ ਸੀ, ਆਪਣੇ ਸਾਥੀਆਂ ਦੇ ਨਾਲ ਮਿਲ ਕੇ ਇਸ ਕੁੜੀ ਦੇ ਨਾਲ ਨੌਜਵਾਨ ਦਾ ਪੈਸਿਆਂ ਦਾ ਲੈਣ ਦੇਣ ਸੀ ਅਤੇ ਇਸੇ ਨੂੰ ਲੈ ਕੇ ਕੁੜੀ ਨੇ ਮੁੰਡੇ ਨੂੰ ਕਾਲ ਕੀਤੀ ਸੀ। ਪੈਸੇ ਦੇਣ ਦੇ ਬਹਾਨੇ ਉਸ ਨੂੰ ਬੁਲਾਇਆ ਗਿਆ ਸੀ, ਪਰ ਜਦੋਂ ਮੁੰਡਾ ਉੱਥੇ ਪਹੁੰਚਦਾ ਤਾਂ ਉਸਦੇ ਕੁੜੀ ਦੇ ਦੋ ਜਿਹੜੇ ਸਾਥੀ ਨੇ ਪਹਿਲਾਂ ਹੀ ਉੱਥੇ ਮੌਜੂਦ ਹੁੰਦੇ ਨੇ ਅਤੇ ਫਿਰ ਮੁੰਡੇ ਦੇ ਪਹੁੰਚਣ ਤੋਂ ਬਾਅਦ ਉਸ ਨੂੰ ਕਿਡਨੈਪ ਕਰ ਸ਼ਹਿਰ ਤੋਂ ਬਾਹਰ ਲਿਜਾਇਆ ਜਾਂਦਾ। ਫਿਰ ਉਸ ਤੋਂ ਬਾਅਦ ਮੁੰਡੇ ਦੇ ਪਰਿਵਾਰ ਨੂੰ ਕਾਲ ਕੀਤੀ ਜਾਂਦੀ ਆ ਅਤੇ 30 ਲੱਖ ਰੁਪਏ ਦੀ ਮੰਗ ਰੱਖੀ ਜਾਂਦੀ ਆ। ਇਸ ਤੋਂ ਬਾਅਦ ਪਰਿਵਾਰ ਹੈ ਜੋ ਨੌਜਵਾਨ ਦਾ ਉਹ ਪੁਲਿਸ ਦੇ ਕੋਲ ਪਹੁੰਚਦਾ, ਪੁਲਿਸ ਦੇ ਵੱਲੋਂ ਇੱਕ ਜਾਲ ਵਿਛਾਇਆ ਜਾਂਦਾ, ਪਹਿਲਾਂ 10 ਲੱਖ ਰੁਪਏ ਦੇ ਕੇ ਮੁੰਡੇ ਨੂੰ ਛੁਡਵਾਇਆ ਜਾਂਦਾ। ਫਿਰ ਉਸ ਤੋਂ ਬਾਅਦ ਇਹਨਾਂ ਨੂੰ ਪੁਲਿਸ ਦੇ ਵੱਲੋਂ ਕਾਬੂ ਕੀਤਾ ਜਾਂਦਾ ਅਤੇ ਇਹਨਾਂ ਨੂੰ ਦਿੱਤੇ ਗਏ ਪੈਸੇ ਆ ਜਿਹੜੇ ਉਹ ਵੀ ਬਰਾਮਦ ਕਰ ਲਏ ਗਏ। ਉੱਥੇ ਹੀ ਜਿਸ ਹਥਿਆਰਨੁਮਾ ਪਿਸਤੌਲ ਦੀ ਨੋਕ ਦੇ ਉੱਪਰ ਮੁੰਡੇ ਨੂੰ ਅਗਵਾ ਕੀਤਾ ਗਿਆ ਸੀ ਉਹ ਵੀ ਬਰਾਮਦ ਕਰ ਲਏ ਗਏ ਨੇ। ਉੱਥੇ ਪੁਲਿਸ ਦਾ ਕਹਿਣਾ ਹੈ ਕਿ ਫਿਲਹਾਲ ਤਫਤੀਸ਼ ਚੱਲ ਰਹੀ ਆ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਇਸ ਮਾਮਲੇ ਦੇ ਵਿੱਚ ਵੱਡੇ ਖੁਲਾਸੇ ਹੋ ਸਕਦੇ ਆ। ਤਾਂ 3-2 ਨੌਜਵਾਨ ਇੱਥੇ ਇੱਕ ਕੁੜੀ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ, ਜਦਕਿ ਇਹਨਾਂ ਦੇ ਚੌਥੇ ਸਾਥੀ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਆ। ਦੱਸ ਦਈਏ ਕਿ ਬਠਿੰਡਾ ਦੇ ਬਸੰਤ ਵਿਹਾਰ ਦਾ ਇਹ ਨੌਜਵਾਨ ਰਹਿਣ ਵਾਲਾ ਸੀ, 25 ਸਾਲ ਦਾ ਇਹ ਨੌਜਵਾਨ ਆ ਜਿਸਦਾ ਇੱਕ ਕੁੜੀ ਦੇ ਨਾਲ ਪੈਸਿਆਂ ਦਾ ਲੈਣ ਦੇਣ ਸੀ। ਕੁੜੀ ਦੇ ਵੱਲੋਂ ਮੁੰਡੇ ਨੂੰ ਫੋਨ ਕੀਤਾ ਜਾਂਦਾ, ਪੈਸੇ ਦੇਣ ਦੇ ਬਹਾਨੇ ਬੁਲਾਇਆ ਜਾਂਦਾ, ਫਿਰ ਉਸ ਤੋਂ ਬਾਅਦ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਉਸ ਨੂੰ ਕਿਡਨੈਪ ਕੀਤਾ ਜਾਂਦਾ ਅਤੇ ਫਿਰ ਮੁੰਡੇ ਦੇ ਪਰਿਵਾਰ ਤੋਂ 30 ਲੱਖ ਰੁਪਏ ਦੀ ਫਰੌਤੀ ਮੰਗੀ ਜਾਂਦੀ ਆ, ਮੰਗ ਰੱਖੀ ਜਾਂਦੀ ਆ। ਉਸ ਤੋਂ ਬਾਅਦ ਮੁੰਡੇ ਦੇ ਪਰਿਵਾਰ ਵੱਲੋਂ 10 ਲੱਖ ਰੁਪਏ ਦੇ ਕੇ ਮੁੰਡੇ ਨੂੰ ਛੁਡਵਾਇਆ ਜਾਂਦਾ ਅਤੇ ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਕੁੜੀ ਸਮੇਤ ਉਸਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ, ਜਦਕਿ ਚੌਥੇ ਸਾਥੀ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਆ। ਉੱਥੇ ਹੀ ਦੱਸ ਦਈਏ ਕਿ ਕੁੜੀ ਦੇ ਵੱਲੋਂ ਪਲੈਨਿੰਗ ਬਣਾਈ ਗਈ ਸੀ, ਪਲੈਨਿੰਗ ਬਣਾ ਕੇ ਇਸ ਮੁੰਡੇ ਨੂੰ ਫਿਲਮੀ ਸਟਾਈਲ ਦੇ ਵਿੱਚ ਕਿਡਨੈਪ ਕੀਤਾ ਗਿਆ ਸੀ। ਸਟਾਈਲ ਦੇ ਵਿੱਚ ਕੁੜੀ ਨੇ ਮੁੰਡਿਆਂ ਦੇ ਨਾਲ ਮਿਲ ਕੇ ਇੱਕ ਫਾਈਨੈਂਸਰ ਨੂੰ ਕਿਡਨੈਪ ਕੀਤਾ ਸੀ, ਅਗਵਾ ਕੀਤਾ ਸੀ ਅਤੇ ਉਸ ਮਾਮਲੇ ਦੇ ਵਿੱਚ ਹੁਣ ਪੁਲਿਸ ਦੇ ਵੱਲੋਂ ਅਹਿਮ ਖੁਲਾਸੇ ਕੀਤੇ ਗਏ ਨੇ। ਦੱਸ ਦਈਏ ਕਿ ਇੱਕ ਕੁੜੀ ਨੇ ਆਪਣੇ ਦੋ ਸਾਥੀਆਂ ਦੇ ਨਾਲ ਮਿਲ ਕੇ ਇੱਕ ਪਲੈਨਿੰਗ ਬਣਾਈ ਸੀ। ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਅਹਿਮ ਖੁਲਾਸੇ ਕੀਤੇ ਗਏ ਨੇ ਅਤੇ ਕੁੜੀ ਸਮੇਤ ਉਸਦੇ ਦੋ ਸਾਥੀਆਂ ਨੂੰ ਕਾਬੂ ਕਰ ਲਿਆ, ਜਦਕਿ ਇੱਕ ਵਿਅਕਤੀ ਅਜੇ ਪੁਲਿਸ ਦੀ ਗ੍ਰਿਫਤ ਦੇ ਵਿੱਚੋਂ ਬਾਹਰ ਹੈ। ਤਾਂ ਦੱਸ ਦਈਏ ਕਿ ਬਠਿੰਡਾ ਤੋਂ ਇੱਕ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਇੱਕ 25 ਸਾਲ ਦੇ ਫਾਈਨੈਂਸਰ ਨੌਜਵਾਨ ਨੂੰ ਕਾਬੂ ਅਗਵਾ ਕੀਤਾ ਗਿਆ ਸੀ ਅਤੇ ਇਸ ਮਾਮਲੇ ਦੇ ਵਿੱਚ ਲਗਾਤਾਰ ਪੁਲਿਸ ਦੇ ਵੱਲੋਂ ਜਾਂਚ ਸ਼ੁਰੂ ਕੀਤੀ ਗਈ ਸੀ। ਪਹਿਲਾਂ 10 ਲੱਖ ਰੁਪਏ ਦੇ ਕੇ ਮੁੰਡੇ ਨੂੰ ਛੁਡਵਾਇਆ ਜਾਂਦਾ ਅਤੇ ਇਸ ਦੌਰਾਨ ਪੁਲਿਸ ਦੇ ਵੱਲੋਂ ਟਰੈਪ ਲਗਾਇਆ ਜਾਂਦਾ, ਜਾਲ ਵਿਛਾਇਆ ਜਾਂਦਾ ਅਤੇ ਫਿਰ ਕੁੜੀ ਸਮੇਤ ਉਸਦੇ ਦੋ ਸਾਥੀਆਂ ਨੂੰ ਕਾਬੂ ਕੀਤਾ ਜਾਂਦਾ। ਉੱਥੇ ਹੀ ਦੱਸ ਦਈਏ ਕਿ ਪੁਲਿਸ ਨੇ ਇਹਨਾਂ ਨੂੰ ਕਾਬੂ ਕਰ ਹਥਿਆਰਨੁਮਾ ਖਿਡੌਣੇ ਆ ਜਿਹੜੇ ਉਹ ਵੀ ਬਰਾਮਦ ਕਰ ਲਏ ਨੇ। ਉੱਥੇ ਹੀ ਜੋ ਪੈਸੇ ਇਹਨਾਂ ਨੂੰ ਦਿੱਤੇ ਗਏ ਸੀ ਪੁਲਿਸ ਦੇ ਵੱਲੋਂ ਉਹ ਵੀ ਬਰਾਮਦ ਕਰ ਲਏ ਗਿਆ। ਤਾਂ ਤਸਵੀਰਾਂ ਦੇਖ ਸਕਦੇ ਹੋ, ਇਹ ਕੁੜੀ ਤੁਹਾਨੂੰ ਨਜ਼ਰ ਆ ਰਹੀ ਹੋਏਗੀ। ਦੱਸ ਦਈਏ ਕਿ ਸਾਰੀ
ਸਾਜ਼ਿਸ਼ ਇਸ ਦੇ ਵੱਲੋਂ ਬਣਾਈ ਗਈ ਸੀ ਆਪਣੇ ਸਾਥੀਆਂ ਦੇ ਨਾਲ ਮਿਲ ਕੇ। ਇਸ ਕੁੜੀ ਦੇ ਨਾਲ ਨੌਜਵਾਨ ਦਾ ਪੈਸਿਆਂ ਦਾ ਲੈਣ ਦੇਣ ਸੀ ਅਤੇ ਇਸੇ ਨੂੰ ਲੈ ਕੇ ਕੁੜੀ ਨੇ ਮੁੰਡੇ ਨੂੰ ਕਾਲ ਕੀਤੀ ਸੀ। ਪੈਸੇ ਦੇਣ ਦੇ ਬਹਾਨੇ ਉਸ ਨੂੰ ਬੁਲਾਇਆ ਗਿਆ ਸੀ, ਪਰ ਜਦੋਂ ਮੁੰਡਾ ਉੱਥੇ ਪਹੁੰਚਦਾ ਤਾਂ ਉਸਦੇ ਕੁੜੀ ਦੇ ਦੋ ਜਿਹੜੇ ਸਾਥੀ ਨੇ ਪਹਿਲਾਂ ਹੀ ਉੱਥੇ ਮੌਜੂਦ ਹੁੰਦੇ ਨੇ ਅਤੇ ਫਿਰ ਮੁੰਡੇ ਦੇ ਪਹੁੰਚਣ ਤੋਂ ਬਾਅਦ ਉਸਨੂੰ ਕਿਡਨੈਪ ਕਰ ਸ਼ਹਿਰ ਤੋਂ ਬਾਹਰ ਲਿਜਾਇਆ ਜਾਂਦਾ। ਫਿਰ ਉਸ ਤੋਂ ਬਾਅਦ ਮੁੰਡੇ ਦੇ ਪਰਿਵਾਰ ਨੂੰ ਕਾਲ ਕੀਤੀ ਜਾਂਦੀ ਆ ਅਤੇ 30 ਲੱਖ ਰੁਪਏ ਦੀ ਮੰਗ ਰੱਖੀ ਜਾਂਦੀ ਆ। ਇਸ ਤੋਂ ਬਾਅਦ ਪਰਿਵਾਰ ਹੈ ਜੋ ਨੌਜਵਾਨ ਦਾ ਉਹ ਪੁਲਿਸ ਦੇ ਕੋਲ ਪਹੁੰਚਦਾ। ਪੁਲਿਸ ਦੇ ਵੱਲੋਂ ਇੱਕ ਜਾਲ ਵਿਛਾਇਆ ਜਾਂਦਾ, ਪਹਿਲਾਂ 10 ਲੱਖ ਰੁਪਏ ਦੇ ਕੇ ਮੁੰਡੇ ਨੂੰ ਛੁਡਵਾਇਆ ਜਾਂਦਾ। ਫਿਰ ਉਸ ਤੋਂ ਬਾਅਦ ਇਹਨਾਂ ਨੂੰ ਪੁਲਿਸ ਦੇ ਵੱਲੋਂ ਕਾਬੂ ਕੀਤਾ ਜਾਂਦਾ ਅਤੇ ਇਹਨਾਂ ਨੂੰ ਦਿੱਤੇ ਗਏ ਪੈਸੇ ਆ ਜਿਹੜੇ ਉਹ ਵੀ ਬਰਾਮਦ ਕਰ ਲਏ ਗਏ। ਉੱਥੇ ਹੀ ਜਿਸ ਹਥਿਆਰਨੁਮਾ ਪਿਸਤੌਲ ਦੀ ਨੋਕ ਦੇ ਉੱਪਰ ਮੁੰਡੇ ਨੂੰ ਅਗਵਾ ਕੀਤਾ ਗਿਆ ਸੀ ਉਹ ਵੀ ਬਰਾਮਦ ਕਰ ਲਏ ਗਏ ਨੇ। ਉੱਥੇ ਪੁਲਿਸ ਦਾ ਕਹਿਣਾ ਹੈ ਕਿ ਫਿਲਹਾਲ ਤਫਤੀਸ਼ ਚੱਲ ਰਹੀ ਆ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਇਸ ਮਾਮਲੇ ਦੇ ਵਿੱਚ ਵੱਡੇ ਖੁਲਾਸੇ ਹੋ ਸਕਦੇ ਆ। ਤਾਂ 3-2 ਨੌਜਵਾਨ ਅਤੇ 1 ਕੁੜੀ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ, ਜਦਕਿ ਇਹਨਾਂ ਦੇ ਚੌਥੇ ਸਾਥੀ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਆ। ਦੱਸ ਦਈਏ ਕਿ ਬਠਿੰਡਾ ਦੇ ਬਸੰਤ ਵਿਹਾਰ ਦਾ ਇਹ ਨੌਜਵਾਨ ਰਹਿਣ ਵਾਲਾ ਸੀ, 25 ਸਾਲ ਦਾ ਇਹ ਨੌਜਵਾਨ ਆ ਜਿਸਦਾ ਇੱਕ ਕੁੜੀ ਦੇ ਨਾਲ ਪੈਸਿਆਂ ਦਾ ਲੈਣ ਦੇਣ ਸੀ। ਕੁੜੀ ਦੇ ਵੱਲੋਂ ਮੁੰਡੇ ਨੂੰ ਫੋਨ ਕੀਤਾ ਜਾਂਦਾ, ਪੈਸੇ ਦੇਣ ਦੇ ਬਹਾਨੇ ਬੁਲਾਇਆ ਜਾਂਦਾ, ਫਿਰ ਉਸ ਤੋਂ ਬਾਅਦ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਉਸਨੂੰ ਕਿਡਨੈਪ ਕੀਤਾ ਜਾਂਦਾ ਅਤੇ ਫਿਰ ਮੁੰਡੇ ਦੇ ਪਰਿਵਾਰ ਤੋਂ 30 ਲੱਖ ਰੁਪਏ ਦੀ ਫਰੌਤੀ ਮੰਗੀ ਜਾਂਦੀ ਆ, ਮੰਗ ਰੱਖੀ ਜਾਂਦੀ ਆ। ਉਸ ਤੋਂ ਬਾਅਦ ਮੁੰਡੇ ਦੇ ਪਰਿਵਾਰ ਵੱਲੋਂ 10 ਲੱਖ ਰੁਪਏ ਦੇ ਕੇ ਮੁੰਡੇ ਨੂੰ ਛੁਡਵਾਇਆ ਜਾਂਦਾ ਅਤੇ ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਕੁੜੀ ਸਮੇਤ ਉਸਦੇ 2 ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ, ਜਦਕਿ ਚੌਥੇ ਸਾਥੀ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਆ। ਉੱਥੇ ਹੀ ਦੱਸ ਦਈਏ ਕਿ ਕੁੜੀ ਦੇ ਵੱਲੋਂ ਪਲੈਨਿੰਗ ਬਣਾਈ ਗਈ ਸੀ, ਪਲੈਨਿੰਗ ਬਣਾ ਕੇ ਇਸ ਮੁੰਡੇ ਨੂੰ ਫਿਲਮੀ ਸਟਾਈਲ ਦੇ ਵਿੱਚ ਕਿਡਨੈਪ ਕੀਤਾ ਗਿਆ ਸੀ।